ਤੁਸੀਂ ਦੇਖ ਰਹੇ ਜੇ ਸਮਾਜਿਕ ਹਲਚਲ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗਿੱਲ ਨਾਗਵੰਸ਼ੀ ਰਾਵਣ ਜ਼ਿਲ੍ਹਾ ਸਿੱਖਿਆ ਦਫ਼ਤਰ 'ਚ ਹੋਇਆ ਖੂਬ ਹੰਗਾਮਾ ਸਰਕਾਰੀ ਪ੍ਰਿੰਸੀਪਲ ਨੇ ਰੋ ਰੋ ਡੀਓ ਆਫਿਸਰ ਨੂੰ ਕਾਰਵਾਈ ਦੀ ਕੀਤੀ ਮੰਗ ਸਰਕਾਰੀ ਸਕੂਲ 'ਚ ਲੱਖਾਂ ਦੀ ਧਾਂਦਲੀ ਦਾ ਮਾਮਲਾ ਆਇਆ ਸਾਹਮਣੇ ਮਾਮਲਾ ਸ਼੍ਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ 'ਚ ਖੂਬ ਹੰਗਾਮਾ ਦੇਖਣ 'ਚ ਮਿਲਿਆ ਸਰਕਾਰੀ ਸੀਨੀਅਰ ਸਕੂਲ ਗੁਮਾਨਪੁਰਾ ਦੇ ਪ੍ਰਿੰਸੀਪਲ ਨੇ ਰੋ ਰੋ ਕੇ ਡੀਓ ਅਫਸਰ ਨੂੰ ਕਾਰਵਾਈ ਦੀ ਕੀਤੀ ਅਪੀਲ ਕਿਹਾ ਜਾ ਰਿਹਾ ਹੈ ਸਰਕਾਰੀ ਸਕੂਲ 'ਚੋਂ ਲੱਖਾਂ ਦੀ ਧਾਂਦਲੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਸੀ ਇਹ ਵੀ ਦੱਸ ਦਈਏ ਕਿ ਸਕੂਲ ਦਾ ਕਲਰਕ ਲੱਖਾਂ 'ਚ ਤਨਖਾਹ ਕਈ ਮਹੀਨਿਆਂ ਤੋਂ ਕਢਵਾ ਰਿਹਾ ਸੀ ਕਲਰਕ ਦੀ ਤਨਖਾਹ 62,000 ਰੁਪਏ ਸੀ ਕਈ ਮਹੀਨਿਆਂ ਤੋਂ 1,62,000 ਤਨਖਾਹ ਕਢਵਾ ਰਿਹਾ ਸੀ ਕਿਉਂਕਿ ਜਿੱਥੇ ਵੱਡੇ ਪੱਧਰ 'ਤੇ ਧਾਂਦਲੀ ਹੋ ਰਹੀ ਸੀ ਉੱਥੇ ਪੰਜਾਬ ਸਰਕਾਰ ਨੂੰ ਵੀ ਵੱਡੇ ਪੱਧਰ 'ਤੇ ਚੂਨਾ ਲਗਾਇਆ ਜਾ ਰਿਹਾ ਸੀ ਪ੍ਰਿੰਸੀਪਲ ਨੇ ਕਾਰਵਾਈ ਦੀ ਕੀਤੀ ਮੰਗ ਮਾਮਲੇ ਸੰਬੰਧੀ ਪ੍ਰਿੰਸੀਪਲ ਨੇ ਸਥਾਨਕ ਜਾਣਕਾਰੀ ਦਿੱਤੀ ਆਓ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਧੰਨਵਾਦ ਮੇਰਾ ਨਾਮ ਪਰਮਜੀਤ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਵਿਖੇ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੀ ਹਾਂ ਪਿਛਲੇ ਸਾਲ ਜੁਲਾਈ 2022 ਵਿੱਚ 22 ਜੁਲਾਈ 2022 ਵਿੱਚ ਮੈਂ ਇਸ ਸਕੂਲ ਦੇ ਵਿੱਚ ਬਦਕਿਸਮਤੀਆਂ ਦੇ ਨਾਲ ਇਸ ਸਕੂਲ ਦੀ ਪ੍ਰਿੰਸੀਪਲ ਵਜੋਂ ਆਪਣੀ ਬਦਲੀ ਕਰਾਈ ਗਈ ਜਿਸ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਵਾਰ ਵਾਰ ਸ਼ਿਕਾਇਤੀ ਬਦਲੀ ਦਾ ਨਾਂ ਦੇ ਰਹੇ ਨੇ ਜਦਕਿ ਮੇਰੀ ਉਹ ਆਮ ਬਦਲੀ ਸੀ ਔਰ ਮੇਰੇ ਕੋਲ ਆਮ ਬਦਲੀਆਂ ਦੀ ਪੂਰੀ ਲਿਸਟ ਮੌਜੂਦ ਹੈ ਮੇਰੀ ਆਮ ਬਦਲੀਆਂ 'ਚ ਬਦਲੀ ਹੋਈ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਦੋਂ ਮੈਂ ਜਾਂਦਿਆਂ ਸਾਰ ਉਸ ਸਕੂਲ ਦੀਆਂ ਵਿੱਤੀ ਬੇਨਿਜਮੀਆਂ ਕਪੜੇ ਅਤੇ ਸਕੂਲ ਦਾ ਮਾਹੌਲ ਪਕੜਿਆ ਮੈਂ ਇਹਨਾਂ ਨੂੰ ਜਾਣਕਾਰੀ ਦਿੱਤੀ ਕਿਉਂਕਿ ਉਸ ਸਕੂਲ ਦੇ 8-9 ਅਧਿਆਪਕ ਜਿਨ੍ਹਾਂ ਦੇ ਮੈਂ ਨਾਮ ਅਗਰ ਤੁਸੀਂ ਚਾਹੁੰਦੇ ਹੋ ਦੁਬਾਰਾ ਦੱਸ ਦਿੰਦੀ ਹਾਂ ਸਰਦਾਰ ਸਾਹਿਬ ਰਣਜੀਤ ਸਿੰਘ ਜੀ ਉਹ ਸ਼੍ਰੀ ਆਪਣੇ ਮਾਨਯੋਗ DO ਸਾਹਿਬ ਦੇ ਜਮਾਤੀ ਨੇ ਇਸ ਕਰਕੇ ਉਹਨਾਂ ਦੀ ਸੁਣਵਾਈ ਹੈ ਸਰਦਾਰ ਸੁਖਵਿੰਦਰ ਸਿੰਘ ਅੰਗਰੇਜ਼ੀ ਲੈਕਚਰਾਰ ਜਿਹੜੇ ਕਿ ਸਰਦਾਰ ਜੱਬੋਵਾਲ ਤੋਂ ਫਰੋਡ ਦੇ ਵਿੱਚ GPF ਦੇ ਸਕੈਂਡਲ ਦੇ ਵਿੱਚ ਸਜ਼ਾ ਜਾਬਤਾ ਵੀ ਨੇ ਕੇਸ ਵੀ ਚੱਲ ਰਹੇ ਨੇ ਸਸਪੈਂਡ ਵੀ ਰਹੇ ਉਹਨਾਂ ਲੋਕਾਂ ਦੀ ਸੁਣਵਾਈ ਹੈ ਅਤੇ ਹਰ ਭ੍ਰਿਸ਼ਟ ਬੰਦੇ ਦੀ ਸੁਣਵਾਈ ਹੈ ਲੇਕਿਨ ਸੱਚ ਦੀ ਸੁਣਵਾਈ ਨਹੀਂ ਹੋ ਰਹੀ ਠੀਕ ਇਸ ਤੋਂ ਉਪਰੰਤ ਜੇ ਇਹਨਾਂ ਨੇ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਮੈਂ ਮੇਰੇ ਕੋਲ ਪੂਰਾ ਪਰੂਫ ਆ ਜਦੋਂ ਮੇਰੀ ਕਦੀ ਕੋਈ ਸੁਣਵਾਈ ਨਹੀਂ ਕੀਤੀ ਮਿਤੀ 10 ਫਰਵਰੀ ਨੂੰ ਸਵੇਰ 2:36 ਦੇ ਉੱਤੇ ਮੇਰੇ ਵੱਲੋਂ DPI ਸਾਹਿਬ ਨੂੰ ਸਿੱਖਿਆ ਸਕੱਤਰ ਸਾਹਿਬ ਨੂੰ ਪੱਤਰ ਭੇਜੇ ਗਏ ਜਿਹਨਾਂ ਦਾ ਮੈਂ ਤੁਹਾਨੂੰ ਪਰੂਫ ਦਿਖਾ ਸਕਦੀ ਹਾਂ ਲੇਕਿਨ ਇੱਥੇ ਵਾਰ ਵਾਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਰ 'ਤੇ ਆਉਂਦਿਆਂ ਹੋਇਆ ਵੀ ਇਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਜੋ ਇਹ ਕਹਿ ਰਹੇ ਨੇ ਕਿ ਮੈਂ ਜੀ ਇਹਦੇ ਏਵਜ ਕਰ ਰਹੀ ਹਾਂ ਇਹ ਏਵਜ ਨਹੀਂ ਕਰ ਰਹੀ ਮੈਂ ਸੱਚਾਈ ਦੇ ਉੱਤੇ ਹਾਂ ਮੈਂ ਪਰੂਫ ਦੇ ਸਕਦੀ ਹਾਂ ਕੀ ਰੋਕ ਲੱਗ ਰਹੇ ਮੇਰੇ ਉੱਤੇ ਜਦੋਂ ਵਾਰ ਵਾਰ ਆਈ ਇੱਕ ਸਕੈਂਡਲ ਕਦੀ ਦੂਜਾ ਕਦੀ ਕੁਛ ਕਰ ਕਰਕੇ ਕਿਉਂਕਿ ਜਦੋਂ ਅਧਿਆਪਕਾਂ ਨੂੰ ਕੰਮ ਕਰਨਾ ਪੈ ਰਿਹਾ ਵਾ ਉਹਨਾਂ ਨੂੰ ਤਕਲੀਫ ਆ ਅਲਟੀਮੇਟ ਉਹਨਾਂ ਕੋਲ ਹੋਰ ਕੁਛ ਨਹੀਂ ਲੱਭਿਆ ਤਾਂ ਉਹਨਾਂ ਨੇ ਜਾਤੀ ਸੂਚਕ ਦਾ ਇੱਕ ਮੁੱਦਾ ਉਠਾਇਆ ਜੀ ਇਹੋ ਜਿਹਾ ਕੁਝ ਨਹੀਂ ਜਦੋਂ ਕੋਈ ਵਿਅਕਤੀ ਵਿਸ਼ੇਸ਼ ਕੰਮ ਨਹੀਂ ਕਰਦਾ ਉਹ ਹਰ ਕਿਸਮ ਦੀ ਮੈਨੀਪੁਲੇਸ਼ਨ ਕਰਦਾ ਉਹ ਕੀਤੀ ਗਈ ਔਰ ਉਹਨਾਂ ਵੱਲੋਂ ਜੇ ਉਹਨਾਂ ਨੂੰ ਕੋਈ ਤਕਲੀਫ ਸੀ ਜੇ ਮੈਂ ਬੋਲਦੀ ਰਹੀ ਮੰਨ ਲੈ ਤੁਸੀਂ ਜੋ ਕਹਿ ਰਹੇ ਹੋ ਤਾਂ ਫਿਰ ਉਹ ਪਹਿਲੇ ਜ਼ਿਲ੍ਹਾ ਸਿੱਖਿਆ ਅਫਸਰ ਕੋਲ ਕਿਉਂ ਨਹੀਂ ਆਏ ਉਹ ਫਰਵਰੀ ਦੇ ਵਿੱਚ ਹੀ ਪੁਲਿਸ 'ਚ ਦਰਖਾਸਤ ਦੇਣ ਉਪਰੰਤ ਕਿਉਂ ਆਏ ਜਦਕਿ ਨਾ ਤਾਂ ਮੈਨੂੰ ਪੁਲਿਸ ਦੀ ਦਰਖਾਸਤ ਆ ਅਤੇ ਨਾ ਹੀ ਮੈਨੂੰ ਜ਼ਿਲ੍ਹਾ ਸਿੱਖਿਆ ਅਫਸਰ ਦੀ ਦਰਖਾਸਤ ਦਾ ਪਤਾ ਸੀ ਜਿੱਦਣ 12 ਫਰਵਰੀ ਦੀ ਰਾਤ ਨੂੰ ਮੈਨੂੰ ਇਹਨਾਂ ਵੱਲੋਂ ਮਨੋਨੀਤ ਕੀਤੀ ਗਈ ਗਠਿਤ ਕੀਤੀ ਗਈ ਜਿਹੜੀ ਪੜਤਾਲੀ ਅਫਸਰ ਦੀ ਇੱਕ ਫੋਨ ਆਇਆ ਕਿ ਅਸੀਂ ਤੁਹਾਡੇ ਸਕੂਲ ਤੁਹਾਡੀ ਇੱਕ ਸ਼ਿਕਾਇਤ ਹੈ ਜੀ ਉਹਦੇ ਵਜਾਉਣਾ ਵਾ ਤਾਂ ਉਹ ਮੈਂ ਕਿਹਾ ਜੀ ਆਓ ਮੈਂ ਅਗਲੇ ਦਿਨ ਇਸ ਸਕੂਲ ਦੇ ਵਿੱਚ ਆਈ ਜੀ ਨਹੀਂ ਉਹ ਮੇਰੇ ਸਕੂਲ 'ਚ ਹੀ ਆਏ ਉੱਥੇ ਜਦਕਿ ਉੱਥੇ ਉਸ ਇਨਕੁਆਇਰੀ ਦੇ ਵਿੱਚ ਜੋ ਕੁਛ ਬਣਿਆ ਸ਼ਰੇਆਮ ਧੱਕੇ ਸ਼ਰੇਆਮ ਬਾਹਰੀ ਵਿਅਕਤੀ ਇੱਥੋਂ ਤੱਕ ਨਿਹੰਗ ਸਿੰਘ ਬਰਸ਼ੇ ਲੈ ਕੇ ਮੀਡੀਆ ਲੈ ਕੇ ਸਭ ਆਇਆ ਹੋਇਆ ਸੀ ਜੇਕਰ ਉਸ ਦਿਨ ਮੇਰਾ ਬ੍ਰਦਰ ਜਾਂ ਉਹ ਨਾ ਆਉਂਦੇ ਤਾਂ ਸ਼ਾਇਦ ਉੱਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਯੈਸ ਮੇਰੀ ਕੋਈ ਸੁਣਵਾਈ ਜੇ 10 ਮਹੀਨੇ ਆ ਤਾਂ ਮੇਰੀ ਸਿਹਤ ਆ ਅੱਜ ਮੈਂ ਦਵਾਈਆਂ ਖਾ ਕੇ ਆਈ ਹਾਂ ਮੈਨੂੰ ਹੱਥ
चलो तुसी एक मर्द व्यक्ति हो, मैनू हाथ ला के देखा जाए इन्ना बुखार आ। ये बिल्कुल झूठ बोल रहे। मैं जिला सिक्ख्या अफसर से अपन ड्यूटियां दियाँ, स्कूल के स्टाफ वालों शरेआम मजलिस ला के 16 तरीक के 16 फरवरी दिन मैनू स्कूलों बाहर कढ़िया गया। उत्थे मेरे वालों मेरे ब्रदर एक्स सरपंच जसविंदर सिंह जी उस पिंड दे ते 3 प्रिंसीपल भी गए, लेकिन उन्हां दी भी बेइज्जती की थी कि परे कीता गया। मैं इंसाफ की मंग करती भाजी, होर मैं की मंगना। मेरी जान की बख्शिंदगी करो, जे तुसी भ्रष्ट अधिकारियों ते कर्मचारी बचाना बचाओ, मैनू नहीं इन्ना, लेकिन मेरी जान नू बख्शो। मान साहब नू बड़ी अपील कर दी, मान साहब सच जे सच है ना, तो मैं भी थोड़ी लिए थोड़ी छोटी भैन की तरह बच्ची की तरह वा। एक जिला मुखी जो मेरा बाप है तो एक पंजाब राज दा सीएम भी एक बाप दे अहुदे दी बैठा होया, जे उहदी थां दे उत्ते उहदी बच्ची नू आ इन्ना टॉर्चर किया जा रहा, मानसिक तौर दे उत्ते परेशान किया जा रहा वा उन्हां नू। मैनू इत्थों तक करैक्टर लैस सारे तुसी मैनू ये दसो, मैं बाहर किहड़े मूँह नाल निकलना वा, लोग मैनू इन्ना नजरां नाल देखणगे भी करैक्टर लैस जिहड़ा भी बंदा हुंदे उहनू परे कर दिओ। इत्थों तक कि इन्हां वल्लों खुद भी कहा जांदा वा कि परे हो जाओ परे हो जाओ। मेरी कोई भरोसा नहीं मैनू इन्हां ते, मैनू इन्हां तों कुछ नहीं। और इस चीज़ की उपर तक हाई कमांड तों इनकुआरी की जानी चाहिए। वैसे भी वित्तीय बीजमन जिहड़ा ये कह रहे कि मेरे को हुण आया, ये 4 दिन पहले बड़े चिर दियां मेल्स आईयां, ये मेरे मैं तुहानू दिखा सकदी क्योंकि मेरे को इस टाइम लैपटॉप नहीं फोन तो है, मैं अपना दिखा सकती हूँ तुहानू कि इन्नियां मेल करन उपरंत इन्हां नू कढ़ के नहीं दित्तियां जांदियां, जां इह कढ़ जां उहनू देखणा नहीं चाहुंदे। हार के बड़ी जोर नाल इन्हां नू कढ़ाया गया सब कुछ, लेकिन देखण उपरंत भी क्यों नहीं इन्हां वल्लों परसों ही जां कल सवेरे क्यों नहीं कार्रवाई की गई। निजमान सर वो कार्रवाई करनी बनती कि श्री अमनदीप श्री दलराज भीर नू इमीजिएट तौर पर सस्पेंड करके उन्हें एफ आई आर करनी बनती, जदों कि हाँ करो। जे भगवंत मान सरकार नू लगता वे नहीं जिला अफसर काम कर रहे तो करो, इंसाफ तो इंसाफ ही होना चाहिए, चाहे कोई भी, चाहे मैं हाँ चाहे तुसी हो जां कोई भी अधिकारी है, इंसाफ की नज़र सारे इको जी है। जे इनू इस तरीके ना कहता जाए कि इहदे ये वजह हो रहा वा तो गलत आ। ये जिला सिक्ख्या अफसर पिछले 9 महीनों तो जिदन कभी मेरे दफ्तर दे मेरे स्कूल दे हाजिर नहीं हुई, सॉरी ना ही कोई इन्हां दी कमेटी कोई सिक्ख्या सुधार कभी हाजिर नहीं हुई इस स्कूल। जो ये कर रहे हैं जो ये कह रहे हैं वो सच नहीं बोल रहे। ईओ अफसर जुगराज सिंह का कहना है इस मामला उच्च अधिकारी अफसर के ध्यान लिया गया है और कलेक्टर के उपर वे पद्धर से कार्रवाई की जाएगी, इस पर कोई शक नहीं। जुगराज सिंह रंधावा जी जीएस पेंडी अमृतसर जी, ईओ सब प्रमाता है की प्रमाता जी गुरमानपुरा प्रिंसिपल अज मेरे को शिकायत लेके आए हैं और मेरे जो ध्यान आया वो उच्च पदरी जो जांच हो जाएगी, क्योंकि मानयोग मुख्यमंत्री साहब वालों जरा भ्रष्टाचार के जो 0% टॉलरेंस जी नहीं की जाती जाएगी और असं भी इस चीज़ से पाबंद हाँ कि मेरे जिले के कोई भी अध्यापक प्रिंसीपल या कलर्क कोई इस तरह का भ्रष्टाचार करेगा उन्होंने बख्शा नहीं जाएगा। और जो मसला मेरे सामने आया मानपुरा ने रखा है, जेकर उस कोई भी दोषी पाया गया उसके सख्त कार्रवाई की जाएगी। समूह स्टाफ वालों इस मैडम के खिलाफ मेरे को बार बार शिकायत आदि रही है कि स्टाफ के नाल जो मिसबिहेव करती है और उसकी इस इंक्वायरी चल रही है कि ता जो उसका भी जरा इंसाफ स्टाफ में दवाया जाए। जो स्टाफ वालों मेरे को शिकायत लैके आते उस उन्होंने गाली गलोच भी शिकायत मेरे आई है कि स्टाफ मैडम वालों किया जाता और जरा जाति सूचक लफ्ज भी जो स्टाफ में जो वरते जाते इस करके शिकायत स्टाफ वालों भी आदि इस इनकुआरी चल और जो मैं इनकुआरी अफसर लगाए ने बार बार इनकुआरी अफसर इन्होंने मैडम के स्कूल जाते रहे पर इन्हों वालों सहयोग नहीं दिता जा रहा। बार बार इन्होंने मेरे प्रिंसीपल ने जिले के और मैं इन्होंने बार बार रिक्वेस्ट कर रहा कि तुम इनकुआरी सहयोग दो।